ਕਦੇ ਮੋਤੀ ਰਾਮ ਮਹਿਰੇ ਦੇ ਦਰਵਾਜ਼ੇ ਤੇ ਜਾ ਕੇ ਸਿਰ ਧਰ ਕੇ ਆਪਾਂ ਸਜਦਾ ਕੀਤਾ ਗੁਰਮੁਖੋ? ਆਵਾਜ਼ ਪਈ ਬਾਬਾ ਮੋਤੀ ਰਾਮ ਮਹਿਰਾ ਦੇ ਕੰਨਾਂ ਚ, ਬਾਬਾ ਮੋਤੀ ਰਾਮ ਮਹਿਰਾ ਜੀ ਸੂਬੇ ਦੇ ਕੈਦ ਖਾਨੇ ਵਿੱਚ ਜਿਹੜੇ ਕੈਦੀ ਸੀ ਨਾ ਹਜ਼ਾਰਾਂ ਦੀ ਤਾਦਾਦ ਵਿੱਚ, ਉਹਨਾਂ ਦੀ ਰੋਜੀ ਉਹਨਾਂ ਦਾ ਪ੍ਰਸ਼ਾਦਾ ਪਾਣੀ ਦਾ ਇੰਤਜ਼ਾਮ ਕਰਦੇ ਸੀ। ਕੀ ਆਵਾਜ਼ ਪਈ ਮੋਤੀਆ? ਅੱਜ ਠੰਡੇ ਬੁਰਜ ਵਿੱਚ ਵੀ ਤਿੰਨ ਕੈਦੀ ਆਏ ਨੇ, ਉਹਨਾਂ ਨੂੰ ਵੀ ਰੋਟੀ ਦੇ ਕੇ ਆ। ਬਾਬਾ ਮੋਤੀ ਰਾਮ ਮਹਿਰਾ ਜੀ ਜਦੋਂ ਗਏ, ਉਹ ਕੈਦੀ ਕੌਣ ਨੇ? ਬਾਬਾ ਮੋਤੀ ਰਾਮ ਮਹਿਰਾ ਜੀ ਜਿਨ੍ਹਾਂ ਦੇ ਦਿਲ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਨ, ਉਹਨਾਂ ਦੇ ਮਾਤਾ ਤੇ ਛੋਟੇ ਲਾਲ ਛੋਟੇ ਸਾਹਿਬਜ਼ਾਦੇ। ਇਸ ਹਾਲਤ ਵਿੱਚ ਜਾ ਕੇ ਦੇਖਿਆ, ਚਰਨਾਂ ਤੇ ਡਿੱਗ ਕੇ ਰੋ ਕੇ ਕਹਿੰਦਾ, ਮਾਂ ਰੋਟੀ ਲੈ ਕੇ ਆਇਆ, ਪ੍ਰਸ਼ਾਦਾ ਛਕ ਲੋ। ਧੰਨ ਮਾਤਾ ਗੁਜਰ ਕੌਰ ਜੀ ਕਹਿੰਦੇ, ਨਹੀਂ ਮੋਤੀਆ, ਜਾਣਾ ਲੰਬੀ ਯਾਤਰਾ ਤੇ ਮੇਰੇ ਬੱਚਿਆਂ ਨੇ, ਮੈਂ ਵੀ ਲੰਬੇ ਸਫ਼ਰ ਤੇ ਜਾਣਾ ਹੈ, ਤੇ ਤੈਨੂੰ ਪਤਾ ਜਦੋਂ ਲੰਬੀ ਯਾਤਰਾ ਤੇ ਜਾਣਾ ਹੋਵੇ ਬਹੁਤ ਸਾਫ਼ ਸੁਥਰਾ ਤੇ ਸ਼ੁੱਧ ਖਾ ਕੇ ਜਾਣਾ ਚਾਹੀਦਾ। ਇਹਨਾਂ ਪਾਪੀਆਂ ਦੇ ਘਰ ਦੀ ਰੋਟੀ ਅਸੀਂ ਨਹੀਂ ਪ੍ਰਵਾਨ ਕਰਨੀ, ਲੈ ਜਾ, ਅਸੀਂ ਨਾਮ ਦਾ ਭੋਜਨ ਬੰਦਗੀ ਦੀ ਖੁਰਾਕ ਖਾ ਕੇ ਸਮਾਂ ਕੱਟ ਲਾਂਗੇ। ਮੋਤੀਆ, ਇਹਨਾਂ ਜਾਲਮਾਂ ਦੇ ਘਰ ਦਾ ਅਸੀਂ ਅੰਨ ਪਾਣੀ ਕਬੂਲ ਨਹੀਂ ਕਰਨਾ, ਵਾਪਸ ਲੈ ਜਾ। ਮੋਤੀ ਰਾਮ ਮਹਿਰਾ ਵਾਪਸ ਚਲੇ ਗਏ। ਸਮਾਂ ਕਾਫੀ ਹੋ ਗਿਆ, ਜੇ ਕੋਈ ਗੱਲਬਾਤ ਹੋਈ ਤੇ ਆਪ ਜੀ ਦੱਸ ਦਿਓ, ਨਹੀਂ ਤੇ ਥੋੜਾ ਸਮਾਂ ਆਪਾਂ ਹੋਰ ਮਹਾਰਾਜ ਦੇ ਚਰਨਾਂ ਜੁੜਾਂਗੇ। ਅੱਜ ਸਮਾਂ ਬਿਲਕੁਲ ਨਹੀਂ ਸੀ ਕਿਉਂਕਿ ਸਥਾਨ ਤੇ ਵੀ ਸਮਾਗਮ ਚੱਲ ਰਹੇ ਆ, ਸੰਗਤਾਂ ਨਾਰਾਜ਼ ਸੀ ਵੀ ਤੁਹਾਡੇ ਘਰ ਸਮਾਗਮ ਹੈ, ਤੁਸੀਂ ਕਿੱਥੇ ਚੱਲੇ ਹੋ। ਬੇਨਤੀ ਕੀਤੀ ਭਾਈ ਵਚਨ ਹੋਇਆ, ਜਾਣਾ ਜ਼ਰੂਰੀ ਹੈ, ਇਸ ਕਰਕੇ ਸੰਗਤ ਦੇ ਦਰਸ਼ਨ ਕਰਨ ਲਈ ਆਏ ਹਾਂ। ਬਾਬਾ ਮੋਤੀ ਰਾਮ ਮਹਿਰਾ ਜੀ ਸਾਰਾ ਕੰਮ ਸਮੇਟ ਕੇ ਜਦੋਂ ਘਰ ਗਏ ਆ ਨਾ ਗੁਰਮੁਖੋ, ਉਹਨਾਂ ਦਾ 7 ਸਾਲ ਦਾ ਬੇਟਾ ਸੀ ਬਾਬਾ ਮੋਤੀ ਰਾਮ ਮਹਿਰਾ ਜੀ, ਕੋਈ ਬਜ਼ੁਰਗ ਨਹੀਂ ਸੀ, 4 ਕੁ ਦਹਾਕੇ 40 ਸਾਲ ਦੇ ਕਰੀਬ 38 ਸਾਲ ਦੇ ਕਰੀਬ ਇਹਨਾਂ ਦੀ ਆਜੂ ਸੀ। ਇੱਕ ਇਹਨਾਂ ਦੀ ਮਾਂ ਤੇ ਧਰਮ ਪਤਨੀ ਜਿਹਦਾ ਨਾਮ ਸੀ ਬੀਬੀ ਭੋਲੀ। ਬਾਬਾ ਮੋਤੀ ਰਾਮ ਮਹਿਰਾ ਜੀ ਗਏ, ਸਾਰਾ ਪਰਿਵਾਰ ਉਡੀਕਦਾ ਸੀ ਵੀ ਰੋਜ਼ ਦੇ ਨਿਯਮ ਅਨੁਸਾਰ ਜਦੋਂ ਘਰ ਆਉਣਗੇ ਤੇ ਸਾਰੇ ਇਕੱਠੇ ਬੈਠ ਕੇ ਰੋਟੀ ਖਾਵਾਂਗੇ। ਬਾਬਾ ਮੋਤੀ ਰਾਮ ਮਹਿਰਾ ਜੀ ਜਾ ਕੇ ਬੈਠੇ, ਘਰ ਵਾਲੀ ਨੇ ਮਾਂ ਨੇ ਰਲ ਕੇ ਪ੍ਰਸ਼ਾਦਾ ਤਿਆਰ ਕੀਤਾ, ਸਾਰੇ ਬੈਠ ਗਏ, ਥਾਲੀ ਚ ਪਾ ਕੇ ਰੋਟੀ ਅੱਗੇ ਧਰੀ। ਬਾਬਾ ਮੋਤੀ ਰਾਮ ਮਹਿਰਾ ਜੀ ਅਰਦਾਸ ਕਰਕੇ, ਮਹਾਰਾਜ ਦਾ ਨਾਂ ਲੈ ਕੇ ਛਕਦੇ ਹੁੰਦੇ ਸੀ, ਅਰਦਾਸ ਕਰ ਲਈ, ਬੁਰਕੀ ਤੋੜ ਲਈ, ਥਾਲੀ ਤੋਂ ਥੋੜੀ ਜਿਹੀ ਉੱਪਰ ਜਾਂਦੀ ਆ, ਮੂੰਹ ਕੋਲ ਜਾ ਕੇ ਰੋਕ ਲੈਂਦੇ ਆ। ਕੁਝ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਬਾਬਾ ਮੋਤੀ ਰਾਮ ਮਹਿਰਾ ਦੀ ਮਾਂ ਕਹਿੰਦੀ, ਬੇਟਾ ਕੀ ਹੋਇਆ ਤੈਨੂੰ, ਉਦਾਸ ਕਿਉਂ ਹੈ, ਅੱਜ ਤੇਰੇ ਅੰਦਰ ਰੋਟੀ ਕਿਉਂ ਨਹੀਂ ਜਾ ਰਹੀ, ਕਿਉਂ ਨਹੀਂ ਬੁਰਕੀ ਮੁੱਖ ਚ ਪਾਉਂਦਾ? ਉਸ ਸਮੇਂ ਬਾਬਾ ਮੋਤੀ ਰਾਮ ਮਹਿਰੇ ਦੀ ਭੁੱਬ ਨਿਕਲ ਗਈ, ਧਾਰ ਨਿਕਲ ਗਈ, ਮਾਂ
ਅੱਜ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਭੁੱਖੇ ਬੈਠੇ ਨੇ। ਇੱਕ ਪਾਸੇ ਸਾਹਿਬਜ਼ਾਦੇ ਭੁੱਖੇ ਨੇ ਤੇ ਮੇਰੇ ਅੰਦਰ ਰੋਟੀ ਕਿਵੇਂ ਜਾਏ? ਮੇਰੇ ਗਲ ਵਿੱਚ ਰੋਟੀ ਨਹੀਂ ਲੰਘਣੀ ਮਾਂ, ਮੈਨੂੰ ਪ੍ਰਸ਼ਾਦਾ ਚੰਗਾ ਨਹੀਂ ਲੱਗਦਾ, ਚੁੱਕ ਲਓ ਪਰਾਂ ਲੈ ਜਾਓ ਮੇਰੇ ਤੋਂ। ਅੱਜ ਦਾ ਸਿੱਖ ਸਾਹਿਬਜ਼ਾਦਿਆਂ ਦੇ ਜੋੜ ਮੇਲਿਆਂ ਤੇ ਵੀ ਇਹੀ ਕੁਛ ਕਰਦਾ। ਭੁੱਲ ਗਏ ਆਪਾਂ ਆਪਣੇ ਵਿਰਸੇ ਨੂੰ ਗੁਰਮੁਖੋ, ਭੁੱਲ ਗਏ। ਥੋੜੀ ਨੀਂਦ ਹੁੰਦੀ ਤੇ ਆਵਾਜ਼ ਦੇ ਕੇ ਜਗਾ ਲੈਂਦੇ, ਲੁੱਟੇ ਜਾ ਰਹੇ ਹਾਂ ਗੁਰਮੁਖ, ਬੜੀ ਗੂੜੀ ਨੀਂਦ ਵਿੱਚ ਸੌ ਗਏ, ਬੇਹੋਸ਼ੀ ਹੋ ਗਈ ਬੇਹੋਸ਼ੀ। ਜਾਗਣ ਵਾਲਿਆਂ ਰੱਜ ਕੇ ਲੁੱਟਿਆਏ, ਲੁੱਟ ਰਹੇ ਨੇ ਸਾਨੂੰ, ਜਾਗਣ ਵਾਲਿਆਂ ਰੱਜ ਕੇ ਲੁੱਟਿਆਏ, ਲੁੱਟ ਕੇ ਲੈ ਗਏ ਸਾਡੀ ਜਵਾਨੀ ਨੂੰ, ਸਾਡੇ ਸੱਭਿਆਚਾਰ ਨੂੰ ਲੁੱਟ ਗਏ, ਕਿਉਂਕਿ ਉਹ ਜਾਗ ਰਹੇ ਸੀ ਆਪਾਂ ਸੌ ਗਏ ਸੀ। ਜਾਗਣ ਵਾਲਿਆਂ ਰੱਜ ਕੇ ਲੁੱਟਿਆਏ, ਸੋਏ ਤੁਸੀਂ ਵੀ ਹੋ ਸੋਏ ਅਸੀਂ ਵੀ ਹਾਂ, ਤੁਹਾਡੀ ਅੱਖ ਦੀ ਲਾਲੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ। ਬਾਬਾ ਮੋਤੀ ਰਾਮ ਮਹਿਰਾ ਜੀ ਕਹਿਣ ਲੱਗੇ, ਮਾਂ ਮੈਨੂੰ ਕੁਝ ਨਹੀਂ ਚੰਗਾ ਲੱਗਦਾ, ਮੇਰੇ ਨਾਲ ਬੋਲੋ ਨਾ, ਮੈਂ ਅੱਜ ਰੋਟੀ ਨਹੀਂ ਖਾਣੀ। ਉਸ ਸਮੇਂ ਬਾਬਾ ਮੋਤੀ ਰਾਮ ਮਹਿਰਾ ਦੀ ਧਰਮ ਪਤਨੀ ਉੱਠ ਕੇ ਅੰਦਰਲੇ ਕਮਰੇ ਚ ਗਈ, ਪਿਤਾ ਨੇ ਡੋਲੀ ਚ ਬਿਠਾਉਣ ਲੱਗਿਆਂ ਜਿਹੜੇ ਗਹਿਣੇ ਪਾਏ ਸੀ ਉਹ ਲਿਆ ਕੇ ਆਪਣੇ ਪਤੀ ਦੇ ਸਾਹਮਣੇ ਖਲੋ ਕੇ ਕਹਿੰਦੀ, ਸਵਾਮੀ ਜੀ ਇਹ ਜ਼ੁਲਮੀ ਹਕੂਮਤ ਦੇ ਸਿਪਾਹੀ ਤੇ ਟਕੇ ਟਕੇ ਤੇ ਵਿਕ ਜਾਂਦੇ ਨੇ, ਜਾਓ ਅੱਜ ਮੈਂ ਆਪਣੇ ਸਾਰੇ ਗਹਿਣੇ ਦੇ ਕੇ ਤੁਹਾਨੂੰ ਭੇਜਦੀ ਹਾਂ, ਪਹਿਰੇਦਾਰਾਂ ਨੂੰ ਸਿਪਾਹੀਆਂ ਨੂੰ ਰਿਸ਼ਵਤ ਦੇ ਕੇ ਮੈਂ ਤੁਹਾਨੂੰ ਦੁੱਧ ਗਰਮ ਕਰਕੇ ਦੇਣੀ ਆ, ਜਾਓ। ਇਹ ਸਭ ਕੁਝ ਆਪਾਂ ਵਾਰ ਕੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਉਣ ਦੀ ਸੇਵਾ ਲੈ ਲਈਏ, ਜਾਓ ਜਾ ਕੇ ਉਹਨਾਂ ਨੂੰ ਦੁੱਧ ਛਕਾ ਕੇ। ਇਹ ਦਿਨ ਤੇ ਇਹ ਕੁਝ ਯਾਦ ਕਰਾਉਂਦੇ ਸੀ, ਪਰ ਹੋ ਗਿਆ ਉਲਟਾ ਕੰਮ। ਬਹੁਤ ਸੰਗਤਾਂ ਮੇਰੇ ਤੋਂ ਦੁਖੀ ਨੇ ਵੀ ਤੁਸੀਂ ਇਸ ਵਿਸ਼ੇ ਨੂੰ ਕਿਉਂ ਬਹੁਤਾ ਬੋਲਦੇ ਹੋ। ਗੁਰਮੁਖੋ ਦੁੱਖ ਦੀ ਰਾਗ ਜਿਹੜੀ ਹੋਏ ਨਾ ਦੁੱਖ ਦੀ, ਉਹਦੇ ਤੇ ਉਂਗਲ ਜਾਂਦੀ ਆ ਆਪਣੇ ਆਪ, ਪਤਾ ਨਹੀਂ ਕਿਉਂ ਇਹ ਦੁੱਖ ਦੀ ਰੱਗ ਹੈ ਅੱਜ ਸਾਡੀ। ਕਦੇ ਸਮਾਂ ਸੀ ਸਾਡੇ ਬਜ਼ੁਰਗ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਦਿਨ ਮੰਜੇ ਤੇ ਸੌਂਦੇ ਨਹੀਂ ਸੀ ਹੁੰਦੇ, ਭੁੰਜੇ ਲੇਟਦੇ ਹੁੰਦੇ ਸੀ, ਮਿੱਠੀ ਚੀਜ਼ ਘਰ ਚ ਨਹੀਂ ਸੀ ਬਣਾਉਂਦੇ, ਸਾਦਾ ਭੋਜਨ ਅੰਨ ਚੋਪੜੇ ਪ੍ਰਸ਼ਾਦੇ ਛਕਦੇ ਸੀ। ਪਰ ਅੱਜ ਲੰਗਰਾਂ ਚ ਆਵਾਜ਼ਾਂ ਆ ਰਹੀਆਂ ਵੀ ਆਓ ਬਦਾਮਾਂ ਵਾਲੀ ਖੀਰ ਖਾ ਲਓ, ਆਓ ਜਲੇਬੀਆਂ ਖਾ ਲਓ। ਗੁਰਮੁਖੋ ਬਹੁਤ ਪਿੱਛੇ ਚਲੇਗੀ ਸਾਡੀ ਕੌਮ, ਆਓ ਵਿਸ਼ੇ ਵੱਲ ਆਈਏ। ਬਾਬਾ ਮੋਤੀ ਰਾਮ ਮਹਿਰਾ ਜੀ ਨੇ ਉਹਨਾਂ ਸਿਪਾਹੀਆਂ ਨੂੰ ਰਿਸ਼ਵਤ ਦੇ ਕੇ, ਗਹਿਣੇ ਦੇ ਕੇ ਧੰਨ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਉਣ ਦੀ ਸੇਵਾ ਲਈ। ਮਾਤਾ ਗੁਜਰੀ ਜੀ ਨੇ ਸੱਚ ਫੇਰ ਬੋਲਿਆ ਸੀ, ਕਿਉਂਕਿ ਗੁਰੂ ਸਾਹਿਬ ਨੇ ਕਿਸੇ ਨੂੰ ਧੋਖੇ 'ਚ ਨਹੀਂ ਨਾ ਰੱਖਿਆ, ਤਾਂ ਹੀ ਤੇ ਪਹਿਲੇ ਜਾਮੇ 'ਚ ਆਵਾਜ਼ ਦੇ ਦਿੱਤੀ ਸੀ, ਭਾਈ ਮੇਰੇ ਵੱਲ ਉਹੀ ਆਇਓ ਜਿਨ੍ਹਾਂ ਨੇ ਇਹ ਬਚਨ ਸੁਣ ਕੇ ਅੰਦਰ ਸਵੀਕਾਰ ਕੀਤੇ ਹੋਣ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਧੰਨ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ, ਮੋਤੀਆ ਸਾਨੂੰ ਦੁੱਧ ਤੇ ਛਕਾ ਰਿਹਾ, ਜੇ ਕੱਲ ਨੂੰ ਇਹਨਾਂ ਨੂੰ ਪਤਾ ਲੱਗ ਗਿਆ, ਪਤਾ ਤੈਨੂੰ ਕੀ ਹੋਏਗਾ, ਤੇਰੇ ਪਰਿਵਾਰ ਨਾਲ ਕੀ ਵਾਪਰੇਗੀ। ਮੋਤੀ ਰਾਮ ਮਹਿਰਾ ਕਹਿਣ ਲੱਗਾ, ਮਾਂ ਜੀ
ਤੁਸੀਂ ਦੁੱਧ ਛੱਕ ਕੇ ਮੇਰੇ ਸਿਰ ਤੇ ਹੱਥ ਧਰ ਦਿਓ, ਅਸੀਸ ਦੇ ਦਿਓ। ਜਦੋਂ ਤੁਸੀਂ ਮੈਨੂੰ ਅਸੀਸ ਦਿਓਗੇ, ਸਿਰ ਤੇ ਹੱਥ ਧਰੋਗੇ, ਭਾਵੇਂ ਮੇਰੇ ਬੱਚੇ ਕਹਾਣੀ ਵਿੱਚੋਂ ਪੀੜੇ ਜਾਣ, ਮੈਨੂੰ ਕੋਈ ਪਰਵਾਹ ਨਹੀਂ, ਮੇਰੇ ਮਨ ਦੇ ਵਿੱਚ ਕੋਈ ਮਲਾਲ ਨਹੀਂ ਹੋਏਗਾ। ਤੇ ਉਹ ਸਮਾਂ ਆਇਆ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਬੱਚਿਆਂ ਨੂੰ ਸਮੇਤ ਪਰਿਵਾਰ, ਮਾਤਾ, ਘਰਵਾਲੀ ਕੋਲੂ ਦੇ ਵਿੱਚ ਪੀੜਿਆ ਗਿਆ।